ਜਲੰਧਰ ਨਗਰ ਨਿਗਮ ਦੀ ਤੈਅ ਬਾਜ਼ਾਰੀ ਟੀਮ ਨੇ ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਬਾਜ਼ਾਰਾਂ 'ਚ ਨਜਾਇਜ਼ ਕਬਜ਼ਾਧਾਰੀਆਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਤਹਿਤ ਨਗਰ ਨਿਗਮ ਕਮਿਸ਼ਨਰ ਦੇ ਆਦੇਸ਼ਾਂ 'ਤੇ ਟੀਮ ਵੱਲੋਂ ਰੈਣਕ ਬਾਜ਼ਾਰ 'ਚ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਸੜਕ 'ਤੇ ਕਬਜ਼ੇ ਕਰਕੇ ਸਮਾਨ ਰੱਖਣ ਵਾਲੇ ਕੁਝ ਦੁਕਾਨਦਾਰਾਂ ਖਿਲਾਫ਼ ਕਾਰਵਾਈ ਕੀਤੀ ਹੈ। ਉੱਥੇ ਇਸ ਮਾਮਲੇ ਜਾਣਕਾਰੀ ਦਿੰਦੇ ਅਧਿਕਾਰੀ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਬਾਜ਼ਾਰਾਂ 'ਚ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਤਹਿਤ ਦੁਕਾਨਾਂ ਦੇ ਬਾਹਰ ਕਬਜ਼ਾ ਕਰਨ ਵਾਲਿਆਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਹ ਸ੍ਰੀ ਆਪਣੇ ਮਾਨਯੋਗ ਨਗਰ ਨਿਗਮ ਕਮਿਸ਼ਨਰ ਜੀ ਦੇ ਹੁਕਮਾਂ ਦੇ ਮੁਤਾਬਕ ਕੀਤੀ ਗਈ ਹੈ ਜੀ। ਤਿਉਹਾਰੀ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਗਈ ਤਾਂ ਕਿ ਜਿਹੜੇ ਲੋਕ ਆਪਣਾ ਸਮਾਨ ਅੰਦਰ ਰੱਖਣ। ਅੱਜ ਇਹਨਾਂ ਨੂੰ ਸਿਰਫ ਵਾਰਨਿੰਗ ਦਿੱਤੀ ਹੈ ਵੀ ਆਪਣਾ ਆਪਣਾ ਸਮਾਨ ਅੰਦਰ ਰੱਖੋ, ਜੇਕਰ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਆ ਪੱਕੇ ਤੌਰ 'ਤੇ ਜ਼ਬਤ ਕੀਤਾ ਜਾਊਗਾ। ਸਰ, ਕਈ ਵਾਰ ਇਸ ਚੀਜ਼ ਦੇ ਉੱਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ, ਲੇਕਿਨ ਤੁਸੀਂ ਤੁਹਾਡੀ ਟੀਮ ਵਾਪਸ ਜਾਂਦੀ ਹੈ ਔਰ ਕੁਛ ਹੀ ਸਮੇਂ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਸਮਾਨ ਦੁਬਾਰਾ ਐਜ਼ ਇਟ ਇਜ਼ ਜਿਹੜਾ ਸੜਕਾਂ 'ਤੇ ਆ ਜਾਂਦਾ। ਇਹ ਜਿਹੜੀ ਸਾਡੀ ਕਾਰਵਾਈ ਨਾ ਹੁਣ ਜਿਹੜੀ ਇਹ ਲਗਾਤਾਰਤਾ ਚੱਲਦੀ ਰਹਿਣੀ ਹੈ, ਸਾਡਾ ਤਕਰੀਬਨ ਰੋਜ਼ ਹੀ ਗੇੜਾ ਲੱਗਣਾ ਵਾ। ਜਿਹੜਾ ਨਹੀਂ ਹਟੇਗਾ ਫਿਰ ਉਹ ਆਪਣੇ ਆਪ ਜ਼ਿੰਮੇਵਾਰ ਹੋਊਗਾ। ਕਿੰਨਾ ਜੁਰਮਾਨਾ ਕੀਤਾ ਜਾਏਗਾ ਅਗਰ ਨਹੀਂ ਕਿਸੇ ਵੀ ਦੁਕਾਨ? ਸਾਡਾ ਇਹ ਵੈਸੇ ਰੋਜ਼ ਦਾ ਕੰਮ ਹੈ, ਤਾਂ ਆਪਣੀ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹਿੰਦੀ ਹੈ। ਜੁਰਮਾਨਾ ਕਿੰਨਾ ਕੁ ਕੀਤਾ ਜਾਂਦਾ ਦੁਕਾਨ ਦਾ? ਜੁਰਮਾਨਾ ਜਦੋਂ ਨਹੀਂ ਹਟਦੇ ਉਸ ਤੋਂ ਬਾਅਦ, ਜਦੋਂ ਬਾਅਦ ਦੀ ਗੱਲ ਆ, ਫਿਲਹਾਲ ਤਾਂ ਜੁਰਮਾਨਾ ਉਹਦੇ ਮੁਤਾਬਕ ਹੁੰਦਾ ਵਾ ਵੀ ਜੇ ਇੱਕ ਵਾਰੀ ਵਾਰਨਿੰਗ ਦੋ